ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਸ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਜੀ ਆਇਆਂ ਨੂੰ ਕਰਦੇ ਹਾਂ। ਇਸ ਸੈਗਮੈਂਟ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਸਿਹਤ ਨੂੰ ਲੈ ਕੇ, ਗੱਲਬਾਤ ਕਰਦੇ ਹਾਂ ਤੁਹਾਡੀ ਪਰਸਨਲ ਲਾਈਫ ਨੂੰ ਲੈ ਕੇ ਕਿ ਤੁਹਾਡੀ ਪਰਸਨਲ ਲਾਈਫ ਦੇ ਵਿੱਚ ਜਿਹੜੀ ਸਿਹਤ ਹੈ ਉਹ ਕਿਸ ਤਰੀਕੇ ਨਾਲ ਹੈ। ਕਿਉਂਕਿ ਡਾਕਟਰ ਚੌਧਰੀ ਸਾਡੇ ਨਾਲ ਹਰ ਥਰਸਡੇ ਨੂੰ ਯਾਨੀ ਕਿ ਅੱਜ ਦੇ ਦਿਨ ਜੁੜਦੇ ਹਨ ਔਰ ਆਪਣੇ ਵਿਚਾਰ ਔਰ ਆਪਣੀ ਸਲਾਹ ਸਾਨੂੰ ਦਿੰਦੇ ਹਨ। ਅੱਜ ਅਸੀਂ ਜਿਸ ਵਿਸ਼ੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਵਿਸ਼ਾ ਬੇਹੱਦ ਜ਼ਰੂਰੀ ਹੈਗਾ ਔਰ ਉਹ ਸਮੱਸਿਆ ਜਿਹੜੀ ਹੈ ਇਸ ਟਾਈਮ ਬਹੁਤ ਵੱਡੇ ਪੱਧਰ 'ਤੇ ਜਿਹੜੀ ਹੈਗੀ ਆ ਉਹ ਸਾਇੰਸ ਵੀ ਉਹਨੂੰ ਹੁਣ ਰਿਕੋਗਨਾਈਜ਼ ਕਰ ਰਹੀ ਹੈ ਅਤੇ ਜ਼ਰੂਰੀ ਹੈਗਾ ਸੀਗਾ ਕਿ ਅੱਜ ਇਸ ਐਪੀਸੋਡ ਦੇ ਵਿੱਚ ਉਸ ਸਮੱਸਿਆ ਬਾਰੇ ਗੱਲ ਕੀਤੀ ਜਾ ਸਕੇ। ਕਿਉਂਕਿ ਇੱਕ ਰਿਪੋਰਟ ਜਿਹੜੀ ਹੈਗੀ ਆ ਉਹ ਰਿਪੋਰਟ ਹੈਲਥ ਡਿਪਾਰਟਮੈਂਟ ਦੇ ਵੱਲੋਂ ਇਹ ਜਨਤਕ ਕੀਤੀ ਜਾਂਦੀ ਕਿ 25 ਤੋਂ ਲੈ ਕੇ 35 ਸਾਲ ਦੇ ਉਮਰ ਦੇ ਵਿੱਚ ਜਿਹੜੇ ਜੋੜੇ ਹੈਗੇ ਆ ਉਹਨਾਂ ਦੇ ਵਿੱਚ ਡਿਵੋਰਸ ਕਿਉਂ ਹੋ ਰਿਹਾ, ਉਹਦਾ ਇੱਕ ਕਾਰਨ ਹੈਗਾ ਉਹਨਾਂ ਦੀ ਸੈਕਸ ਲਾਈਫ। ਅਤੇ ਜੇਕਰ ਅਸੀਂ ਸੈਕਸ ਸਮੱਸਿਆ ਬਾਰੇ ਗੱਲ ਕਰਦੇ ਹਾਂ ਤਾਂ ਕਈ ਸਾਰੇ ਜਿਹੜੇ ਸਵਾਲ ਹਨ ਉਹ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਹਨ ਕਿ ਕਿਸ ਤਰੀਕੇ ਨਾਲ ਸੈਕਸ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਨਵੀਂ ਜੋੜੀਆਂ ਦੇ ਉੱਤੇ ਪੈ ਰਹੀ ਹੈਗੀ ਔਰ ਜਿਹੜੇ ਜੋੜੇ ਕਈ ਸਾਲਾਂ ਤੋਂ ਇੱਕ ਦੂਜੇ ਦੇ ਨਾਲ ਜਿਨ੍ਹਾਂ ਦੀ ਨਿੱਜੀ ਜ਼ਿੰਦਗੀ ਔਰ ਜਿਨ੍ਹਾਂ ਦੀ ਵਿਵਾਹ ਵਾਲੀ ਜ਼ਿੰਦਗੀ ਜਿਹੜੀ ਹੈਗੀ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਦਸਤਕ ਦਿੰਦੀ ਹੈ ਕਿ ਉਹ ਆਪਣੇ ਆਪ ਨੂੰ ਵਧੀਆ ਢੰਗ ਨਾਲ ਅੱਗੇ ਆਪਣੇ ਰਿਸ਼ਤੇ ਨੂੰ ਨਹੀਂ ਲੈ ਕੇ ਜਾ ਪਾ ਰਹੇ। ਉਹਦੇ ਕੀ ਕਾਰਨ ਹੈਗੇ ਆ, ਉਹਦੇ ਕੀ ਡਿਸਐਡਵਾਂਟੇਜਸ ਹੈਗੇ ਆ, ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਆਪਣੀ ਸੈਕਸ ਲਾਈਫ ਨੂੰ ਔਰ ਆਪਣੀ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਔਰ ਇਸ ਲਾਈਫ ਨੂੰ ਵਧੀਆ ਬਣਾਇਆ ਜਾ ਸਕਦਾ। ਸਟੇ ਹੈਲਦੀ ਬੀ ਹੈਪੀ ਦਾ ਨਾਰਾ ਹਮੇਸ਼ਾ ਡਾਕਟਰ ਚੌਧਰੀ ਵੱਲੋਂ ਲਾਇਆ ਜਾਂਦਾ, ਲੇਕਿਨ ਤੁਸੀਂ ਆਪਣੇ ਆਪ ਨੂੰ ਹੈਲਦੀ ਕਿਵੇਂ ਰੱਖ ਸਕਦੇ ਹੋ ਔਰ ਆਪਣੇ ਆਪ ਨੂੰ ਹੈਪੀ ਕਿਵੇਂ ਰੱਖ ਸਕਦੇ ਹੋ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਡਾਕਟਰ ਚੌਧਰੀ ਤੋਂ। ਔਰ ਸਾਡੇ ਨਾਲ ਡਾਕਟਰ ਚੌਧਰੀ ਮੁਖਾਤਿਬ ਵੀ ਹਨ। ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਵੀ ਕਰ ਸਕਦੇ ਹੋ। ਡਾਕਟਰ ਚੌਧਰੀ, ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਔਰ ਤੁਸੀਂ ਹਰ ਥਰਸਡੇ ਨੂੰ ਆ ਕੇ ਵੱਖ ਵੱਖ ਮੁੱਦਿਆਂ ਦੇ ਉੱਤੇ ਵੱਖ ਵੱਖ ਸਮੱਸਿਆਵਾਂ ਦੇ ਉੱਤੇ ਤੁਸੀਂ ਗੱਲ ਕਰਦੇ ਹੋ। ਅੱਜ ਜਿਹੜੀ ਇਸ ਐਪੀਸੋਡ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਸੈਕਸ ਲਾਈਫ ਬਾਰੇ, ਸਭ ਤੋਂ ਪਹਿਲਾਂ ਕੀ ਚਾਨਣਾ ਤੁਸੀਂ ਪਾਉਣਾ ਚਾਹੋਗੇ ਸਾਡੇ ਵਿਊਅਰਸ ਦੇ ਉੱਤੇ? ਜੀ, ਬਹੁਤ ਅੱਛਾ ਟੋਪਿਕ ਤੁਸੀਂ ਅੱਜ ਮੈਨੂੰ ਦੱਸਿਆ ਔਰ ਕੁਐਸਚਨ ਕੀਤਾ ਇਹਦੇ ਬਾਰੇ 'ਚ। ਇਹ ਪ੍ਰੋਬਲਮ ਜਿਹੜਾ ਬਹੁਤ ਜ਼ਿਆਦਾ ਔਰ ਇਸ ਪ੍ਰੋਬਲਮ 'ਤੇ ਗੱਲ ਕਰਨਾ ਵੀ ਜਿਹੜਾ ਲੋਕ ਸਹੀ ਨਹੀਂ ਸਮਝਦੇ ਔਰ ਉਹਦੀ ਵਜ੍ਹਾ ਨਾਲ ਪ੍ਰੋਬਲਮ ਹੋਰ ਵੱਧਦੇ ਨੇ। ਅਤੇ ਅਗਰ ਤੁਹਾਨੂੰ ਔਰ ਨਵੇਂ ਜੋੜੇ ਜਿਹੜੇ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਇਹ ਪ੍ਰੋਬਲਮ ਅਗਰ ਹੁੰਦਾ ਉਹਨਾਂ ਨੂੰ, ਅਗਰ ਹਾਰਮੋਨ ਦੀ ਕਮੀ ਹੈ ਜਾਂ ਉਹਨਾਂ ਨੂੰ ਕੁਝ ਮੈਡੀਕਲ ਪ੍ਰੋਬਲਮ ਹੈ, ਤਾਂ ਫਸਟ ਆਫ ਆਲ ਤਾਂ ਉਹਨਾਂ ਨੂੰ ਚਾਹੀਦਾ ਕਿ ਫੌਰਨ ਡਾਕਟਰ ਕੋਲ ਚੈੱਕਅਪ ਕਰਾਉਣ, ਆਪਣਾ ਬਲੱਡ ਰਿਪੋਰਟ ਐਵਰੀਥਿੰਗ, ਤਾਂ ਕਿ ਪਤਾ ਲੱਗੇ ਕਿ ਪ੍ਰੋਬਲਮ ਕੀ ਹੈ। ਅੱਛਾ, ਅਗਰ ਉਹਦੇ 'ਚ ਸਾਰਾ ਕੁਝ ਠੀਕ ਆਉਂਦਾ, ਉਹਦੇ ਬਾਵਜੂਦ ਤੁਸੀਂ ਮੈਨ ਔਰ ਵੂਮੈਨ ਦੀ ਜਿਹੜੀ ਲਾਈਫ ਹੈ ਉਹ ਪਰਫਾਰਮੈਂਸ ਨਹੀਂ ਕਰ ਸਕਦੇ, ਜਾਂ ਉਹਨਾਂ ਦੀ ਬੇਬੀ ਅਗਰ ਕੋਸ਼ਿਸ਼ ਕਰ ਰਹੇ ਨੇ ਪ੍ਰੈਗਨੈਂਸੀ ਹੋਣੇ ਉਹ ਨਹੀਂ ਹੋ ਰਹੀ, ਜਾਂ ਫਿਰ ਉਹਨਾਂ ਨਾਲ ਇੱਕ ਦੂਜੇ ਨਾਲ ਜਿਹੜਾ ਉਹ ਇਤਨਾ ਅਟਰੈਕਸ਼ਨ ਨਹੀਂ ਫੀਲ ਕਰਦੇ, ਅਤੇ ਉਹਦੇ ਕਾਫੀ ਕਾਰਨ ਹੁੰਦੇ ਹੈ। ਉਹਦੇ 'ਚ ਹੋਮਿਓਪੈਥਿਕ ਹਰਬਲ ਔਰ ਸਪਲੀਮੈਂਟ ਵੀ ਰੈਕਮੈਂਡ ਕੀਤੇ ਜਾਂਦੇ ਆ, ਲੇਕਿਨ ਉਸ ਤੋਂ ਨਾਲ ਨਾਲ ਜਿਹੜੀ ਕਿ ਮਾਡਰਨ ਲਾਈਫ ਵਿੱਚ ਇੱਕ ਚੀਜ਼ ਹੈ ਕਿ ਟਾਈਮ, ਇੱਕ ਦੂਜੇ ਨੂੰ ਟਾਈਮ ਦੇਣਾ ਜਿਹੜਾ ਬਹੁਤ ਜ਼ਰੂਰੀ ਹੈ। ਤੁਸੀਂ ਅਗਰ ਹਸਬੈਂਡ ਵਾਈਫ ਹੋ, ਇਹ ਆਪਣੇ ਟਾਈਮ ਕੱਢੋ, ਕਿਉਂਕਿ ਕੰਮ ਤਾਂ ਖਤਮ ਨਹੀਂ ਹੁੰਦੇ ਔਰ ਕੰਮਾਂ 'ਚ ਹੀ ਲੱਗ ਲੱਗ ਕੇ ਹਰ ਉਮਰ ਦੇ ਜਿਹੜੇ ਕਪਲਸ ਨੇ ਉਹਨਾਂ ਨੂੰ ਇਹ ਸ਼ਿਕਾਇਤ ਹੈ ਕਿ ਮਤਲਬ ਟਾਈਮ ਨਹੀਂ। ਅਗਰ ਨਵੇਂ ਯੰਗ ਜਨਰੇਸ਼ਨ ਹੈ ਉਹ ਵੀ ਮਤਲਬ ਸਕੂਲ ਜਾ ਰਹੇ ਨੇ, ਕਾਲਜ ਜਾ ਰਹੇ ਨੇ ਜਾਂ ਫਿਰ ਕੰਮ ਕਰ ਰਹੇ ਨੇ ਅਤੇ ਘਰ ਆਉਂਦੇ ਨੇ, ਬਸ ਰੋਟੀ ਪਾਣੀ ਖਾਧਾ ਸੌ ਗਏ, ਮਤਲਬ ਉਹਨਾਂ ਨੂੰ ਇਤਨੀ ਹਿੰਮਤ ਹੀ ਨਹੀਂ ਹੁੰਦੀ ਕਿ ਕੁਝ ਉਹ ਆਪਣੀ ਪਰਸਨਲ ਲਾਈਫ, ਆਪਣੀ ਵਾਈਫ ਨੂੰ ਕੁਝ ਤਵੱਜੋ ਦੇਣ, ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ ਦੇ ਬਾਰੇ ਸੋਚਣ ਵੀ। ਕਿਉਂਕਿ ਅਗਰ ਇੰਨਾ ਤੁਸੀਂ ਟਾਇਰਡ ਹੋਵੋਗੇ, ਇੰਨੀ ਤੁਸੀਂ ਤੁਹਾਡੀ ਲਾਈਫ 'ਚ ਸਟ੍ਰੈਸ ਹੋਏਗੀ ਅਤੇ ਤੁਸੀਂ ਉਸ ਤਰਫ ਨਹੀਂ ਸੋਚ ਸਕਦੇ। ਅਤੇ ਲੇਕਿਨ ਉਹਦੇ ਵਾਸਤੇ ਅਗਰ ਇਸ ਤਰ੍ਹਾਂ ਦੀ ਵੀ ਸਿਚੁਏਸ਼ਨ ਹੈ ਤਾਂ ਹੋਮਿਓਪੈਥਿਕ ਹਰਬਲ 'ਚ ਅਸੀਂ ਰੈਕਮੈਂਡ ਕਰਦੇ ਹਾਂ ਸਪਲੀਮੈਂਟੇਸ਼ਨ, ਜਿਹੜੀ ਕਿ ਸਟ੍ਰੈਸ ਵਾਸਤੇ, ਉਹਨਾਂ ਦੇ ਹਾਰਮੋਨ ਨੂੰ ਵਧਾਉਣ ਵਾਸਤੇ, ਉਹਨਾਂ ਦੇ ਸਟੈਮਿਨਾ ਨੂੰ ਵਧਾਉਣ ਵਾਸਤੇ, ਔਰ ਅਗਰ ਔਰਤਾਂ ਵਿੱਚ ਹੁੰਦਾ ਕਿ ਅਗਰ ਉਹਨਾਂ ਨੂੰ ਹਾਰਮੋਨ ਦੀ ਕਮੀ ਹੈ ਜਾਂ ਉਹਨਾਂ ਦੀ ਬਲੱਡ ਦੀ ਕਮੀ ਹੈ, ਵੀਕਨੈਸ ਹੈ, ਟਾਇਰਡ ਹੈ, ਗੁੱਸਾ ਆਉਂਦਾ ਹੈ, ਸਟ੍ਰੈਸ, ਐਂਗਜ਼ਾਇਟੀ, ਨਰਵਸਨੈਸ, ਡਿਪਰੈਸ਼ਨ, ਉਹਦੀ ਵਜ੍ਹਾ ਨਾਲ ਵੀ ਉਹਨਾਂ ਨੂੰ ਫਿਰ ਉਹ ਆਪਣੇ ਹਸਬੈਂਡ ਨਾਲ ਅਟਰੈਕਸ਼ਨ ਨਹੀਂ ਹੁੰਦਾ ਜੀ। ਅਤੇ ਉਹਨਾਂ ਦਾ ਇਲਾਜ ਹੈ, ਉਹਨਾਂ ਦੀ ਸਪਲੀਮੈਂਟੇਸ਼ਨ ਹੈ। ਨਾਲ ਨਾਲ ਤੁਸੀਂ ਆਪਣਾ ਰਿਲੈਕਸ ਟਾਈਮ ਵੀ ਕੱਢੋ, ਬੱਚਿਆਂ ਨੂੰ ਵੀ ਟਾਈਮ ਦਿਓ, ਲੇਕਿਨ ਹਸਬੈਂਡ ਵਾਈਫ ਨੂੰ ਵੀ ਟਾਈਮ ਦੇਣਾ ਚਾਹੀਦਾ ਜੀ। ਕਿਉਂਕਿ ਅਗਰ ਕੰਮ ਹੀ ਕਰੀ ਜਾਓਗੇ ਤੁਸੀਂ ਤਾਂ ਤੁਸੀਂ ਆਪਣੀ ਲਾਈਫ ਨੂੰ ਕਦੋਂ ਇੰਜੋਏ ਕਰੋਗੇ? ਔਰ ਉਹਦੇ ਵਾਸਤੇ ਤੁਹਾਨੂੰ ਟਾਈਮ ਕੱਢਣਾ ਪਏਗਾ, ਟਾਈਮ ਕੱਢਣਾ ਪਏਗਾ। ਜੇਕਰ
ਤੁਸੀਂ ਟਾਈਮ ਕੱਢ ਕੇ ਡਾਕਟਰ ਸਾਹਿਬ ਨੂੰ ਫੋਨ ਕਰ ਲਓਗੇ ਤਾਂ ਇਸ ਤੋਂ ਵੀ ਵਧੀਆ ਸਲਾਹ ਤੁਹਾਨੂੰ ਡਾਇਰੈਕਟ ਫੋਨ ਦੇ ਉੱਤੇ ਮਿਲ ਸਕਦੀ ਹੈ। ਤੁਸੀਂ 7183963600 ਦੇ ਉੱਤੇ ਫੋਨ ਕਰਕੇ ਡਾਕਟਰ ਸਾਹਿਬ ਤੋਂ ਸਲਾਹ ਵੀ ਲੈ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਉਹਨਾਂ ਮੈਡੀਸਿਨਸ ਨੂੰ, ਉਹਨਾਂ ਹੋਮਿਓਪੈਥਿਕ ਦਵਾਈਆਂ ਨੂੰ, ਉਹਨਾਂ ਜੜੀ ਬੂਟੀਆਂ ਨੂੰ ਤੁਹਾਡੇ ਘਰ ਦੇ ਵਿੱਚ ਪਹੁੰਚਾਇਆ ਜਾਏ ਤਾਂ ਕਿ ਤੁਹਾਡੀ ਜਿਹੜੀ ਸੈਕਸ ਲਾਈਫ ਹੈ ਉਹ ਵਧੀਆ ਹੋ ਸਕੇ, ਤਾਂ ਤੁਸੀਂ ਡਾਕਟਰ ਸਾਹਿਬ ਨੂੰ ਕਾਲ ਕਰਕੇ ਉਹ ਵੀ ਤੁਸੀਂ ਆਪਣੇ ਪਰਸਨਲ ਘਰ ਦੇ ਵਿੱਚ ਮੰਗਾ ਸਕਦੇ ਹੋ ਔਰ ਉਹਨਾਂ ਤੋਂ ਸਲਾਹ ਲੈ ਸਕਦੇ ਹੋ। ਉਹ ਵੀ ਤੁਹਾਨੂੰ ਸ਼ਿਪ ਕਰ ਦਿੱਤੀ ਜਾਵੇਗੀ, ਭਾਵੇਂ ਤੁਸੀਂ ਕਿਹੜੇ ਵੀ ਸੂਬੇ ਦੇ ਵਿੱਚ ਵੱਸਦੇ ਹੋ, ਕਿਹੜੀ ਵੀ ਸਟੇਟ ਦੇ ਵਿੱਚ ਤੁਸੀਂ ਵੱਸਦੇ ਹੋ, ਤੁਹਾਨੂੰ ਘਰ ਦੇ ਵਿੱਚ ਉਹ ਮੁਹੱਈਆ ਕਰਾ ਦਿੱਤੀ ਜਾਵੇਗੀ। ਲੇਕਿਨ ਡਾਕਟਰ ਸਾਹਿਬ ਨੇ ਇੱਥੇ ਅਜੇ ਇੱਕ ਬਹੁਤ ਵੱਡੀ ਗੱਲ ਦੱਸੀ ਕਿ ਅਸੀਂ ਇੱਕ ਦੂਜੇ ਨੂੰ ਟਾਈਮ ਨਹੀਂ ਦਿੰਦੇ, ਯਾਨੀ ਕਿ ਹਸਬੈਂਡ ਵਾਈਫ ਇੱਕ ਦੂਜੇ ਦੇ ਨਾਲ ਟਾਈਮ ਨਹੀਂ ਸਪੈਂਡ ਕਰਦੇ। ਡਾਲਰ ਕਮਾਉਣ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਸੈਕਸ ਲਾਈਫ ਨੂੰ ਖਤਮ ਕਰ ਦਿੰਦੇ ਹਾਂ। ਲੇਕਿਨ ਉਹਦੇ ਨਾਲ ਨਜਿੱਠਣ ਦੇ ਲਈ ਔਰ ਕੀ ਸਲਾਹ ਡਾਕਟਰ ਸਾਹਿਬ ਅੱਜ ਦੇਣਾ ਚਾਹੁੰਦੇ ਹਾਂ ਉਹ ਵੀ ਅਸੀਂ ਜਾਣ ਲੈਂਦੇ ਹਾਂ ਜੀ। ਅੱਛਾ, ਇੱਕ ਹੋਰ ਜਿਹੜਾ ਅੱਜ ਕੱਲ੍ਹ ਕੋਈ ਵੀ ਬੰਦਾ ਜਿਹੜਾ ਕੰਮ ਕਰਦਾ ਉਹਦੇ ਡਿਪੈਂਡ ਕਰਦਾ ਕਿ ਕੀ ਕਰ ਰਿਹਾ ਔਰ ਉਹਦੇ 'ਤੇ ਉਸ ਵਜ੍ਹਾ ਨਾਲ ਉਹਦੇ 'ਤੇ ਉਹਦੀ ਹੈਲਥ 'ਤੇ ਬਹੁਤ ਜ਼ਿਆਦਾ ਫਰਕ ਪੈਂਦਾ। ਉਹਦੀ ਮੈਂ ਮਿਸਾਲ ਦਾਂਗਾ, ਜਿਸ ਤਰ੍ਹਾਂ ਲੋਕ ਜਿਹੜੇ ਡਰਾਈਵਿੰਗ ਕਰਦੇ ਨੇ, ਟਰੱਕ ਡਰਾਈਵਿੰਗ ਜਾਂ ਟੈਕਸੀ ਡਰਾਈਵਿੰਗ ਜਾਂ ਬੈਠਣੇ ਦੀ ਜਾਬ ਕਰਦੇ ਆ, ਅਤੇ ਅਗਰ ਤੁਸੀਂ 8-10 ਘੰਟੇ 12-12 15-15 ਘੰਟੇ ਇੱਕ ਜਗ੍ਹਾ ਬੈਠੇ ਰਹੋਗੇ ਤਾਂ ਕੀ ਹੁੰਦਾ ਕਿ ਤੁਹਾਨੂੰ ਤੁਹਾਡਾ ਜਿਹੜਾ ਬਾਡੀ ਦਾ ਜੋ ਲੋਅਰ ਪਾਰਟ ਹੈ ਉਹਦੇ ਵਿੱਚ ਬਲੱਡ ਸਰਕੂਲੇਸ਼ਨ ਜਿਹੜਾ ਉਹਦੀ ਕਮੀ ਹੋ ਜਾਂਦੀ ਹੈ। ਔਰ ਤੁਸੀਂ ਅਕਸਰ ਦੇਖਿਆ ਹੋਏਗਾ ਕਿ ਜਿਹੜੇ ਲੋਕ ਗੱਡੀਆਂ ਦਾ ਟਰੱਕ ਡਰਾਈਵਿੰਗ ਜਾਂ ਗੱਡੀਆਂ ਦਾ ਡਰਾਈਵਿੰਗ ਕਰਦੇ ਆ ਜਾਂ ਬੈਠਣੇ ਦੀ ਜਾਬ ਕਰਦੇ ਆ, ਉਹਨਾਂ ਦੀ ਸੈਕਸ ਲਾਈਫ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ। ਉਹਦੀ ਇਹੀ ਵਜ੍ਹਾ ਹੁੰਦੀ ਹੈ ਕਿ ਉਹਨਾਂ ਦੀ ਬਲੱਡ ਸਰਕੂਲੇਸ਼ਨ ਨਹੀਂ ਹੁੰਦੀ। ਦੂਸਰਾ, ਉਹ ਬੜਾ ਸਟ੍ਰੈਸਫੁੱਲ ਜਾਬ ਹੈ। ਅਗਰ ਤੁਹਾਡੀ ਬਾਡੀ 'ਤੇ ਸਟ੍ਰੈਸ ਜ਼ਿਆਦਾ ਹੋਏਗਾ ਤਾਂ ਉਹਦੇ ਨਾਲ ਤੁਹਾਡੇ ਬਾਡੀ ਫੰਕਸ਼ਨ ਜਿਹੜੇ ਨੇ ਉਹ ਇਫੈਕਟ ਹੁੰਦੇ ਹੈ, ਪੂਰੀ ਤਰ੍ਹਾਂ ਬਾਡੀ ਕੰਮ ਨਹੀਂ ਕਰਦੀ, ਠੀਕ ਹੈ, ਤੁਹਾਨੂੰ ਨੀਂਦ ਨਹੀਂ ਆਉਂਦੀ, ਤੁਸੀਂ ਥੱਕੇ ਥੱਕੇ ਰਹਿੰਦੇ ਹੋ, ਬਲੱਡ ਸਰਕੂਲੇਸ਼ਨ ਨਹੀਂ ਹੁੰਦੀ, ਅਤੇ ਉਹਨਾਂ ਨੂੰ ਦੇਖਿਆ ਹੋਏਗਾ ਕਿ ਜਿਹੜੇ ਲੋਕ ਬੈਠਣੇ ਦੀ ਜਾਬ ਕਰਦੇ ਆ ਉਹਨਾਂ ਦੇ ਪੈਰ ਜਿਹੜੇ ਨੇ ਉਹਨਾਂ 'ਚ ਨਮਨੈਸ, ਲੱਤਾਂ ਵਿੱਚ ਵੀਕਨੈਸ ਹੁੰਦੀ ਹੈ। ਈਵਨ ਜਦੋਂ ਉਹ ਗੱਡੀ 'ਚੋਂ ਜਾਂ ਟਰੱਕ 'ਚੋਂ ਬਾਹਰ ਨਿਕਲਦੇ ਆ ਤਾਂ ਉਹਨਾਂ ਦੀ ਲੱਤਾਂ ਜਿਹੜੀਆਂ ਨੇ ਉਹ ਇੰਨੀ ਤਾਕਤ ਨਹੀਂ ਮਹਿਸੂਸ ਕਰਦੇ, ਕਿਉਂਕਿ ਜ਼ਾਹਿਰ ਹੈ ਅਗਰ ਤੁਸੀਂ ਲੱਤਾਂ ਦੇ ਮਤਲਬ ਜੋ ਕਦੇ ਖੜ੍ਹੇ ਹੀ ਨਹੀਂ ਰਹੇ ਜ਼ਿਆਦਾ 12-12 ਘੰਟੇ ਬੈਠੇ ਰਹੇ ਹੋ ਤੇ ਕੀ ਹੋਏਗਾ ਉਹਦੇ ਸਿਚੁਏਸ਼ਨ, ਸਟ੍ਰੈਸ ਲਾਈਫ ਜਿਹੜੀ ਹੈ ਉਹ ਜ਼ਿਆਦਾ ਵਧੇਗੀ। ਬਿਲਕੁਲ, ਅਤੇ ਉਹਦੇ ਵਾਸਤੇ ਇੱਕ ਤਾਂ ਮੈਂ ਸੁਜੈਸਟ ਕਰਾਂਗਾ ਕਿ ਤੁਸੀਂ ਰੈਗੂਲਰਲੀ ਮਸਾਜ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੈ, ਮਤਲਬ ਠੀਕ ਹੈ, ਉਹਦੇ ਨਾਲ ਕੀ ਹੋਏਗਾ ਤੁਹਾਡੀ ਸਰਕੂਲੇਸ਼ਨ ਵਧੇਗੀ। ਤੁਸੀਂ ਕਾਰ ਆਉਂਦੇ ਹੋ, ਟੱਬ 'ਚ ਗਰਮ ਪਾਣੀ ਕਰਕੇ ਬੈਠੋ ਉਹਦੇ 'ਚ 10-15 ਮਿੰਟ, ਉਹਦੇ ਨਾਲ ਵੀ ਫਰਕ ਪਏਗਾ। ਲੇਕਿਨ ਨਾਲ ਨਾਲ ਅਗਰ ਤੁਹਾਡੇ ਹਾਰਮੋਨ ਦੀ ਕਮੀ ਹੈ, ਕੋਈ ਸਪਲੀਮੈਂਟ ਔਰ ਹਰਬਲ ਹੋਮਿਓਪੈਥਿਕ ਮੈਡੀਸਨ ਨੇ ਜਿਹੜੀਆਂ ਮੈਨ ਫਾਰਮੂਲੇ ਨੇ ਹਾਰਮੋਨ ਨੂੰ ਵਧਾਉਣ ਵਾਸਤੇ, ਸਰਕੂਲੇਸ਼ਨ ਨੂੰ ਵਧਾਉਣ ਵਾਸਤੇ, ਔਰ ਉਹਦੀ ਔਰ ਅਗਰ ਤੁਹਾਡੇ ਸਟੈਮਿਨਾ ਨਹੀਂ ਹੈ, ਮਤਲਬ ਸਟ੍ਰੈਸ ਦੀ ਵਜ੍ਹਾ ਨਾਲ ਵੀ ਇਹ ਹੁੰਦਾ ਕਿ ਤੁਹਾਡੇ ਬਹੁਤ ਹੀ ਟਾਇਰਡ ਫੀਲ ਕਰਦੇ ਹੋ, ਜਾਂ ਤੁਹਾਡੀ ਆਪਣੀ ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ 'ਚ ਉਹ ਤੁਸੀਂ ਅਟਰੈਕਸ਼ਨ ਨਹੀਂ ਮਹਿਸੂਸ ਕਰਦੇ ਕਿ ਤੁਹਾਡਾ ਦਿਲ ਹੀ ਨਹੀਂ ਕਰਦਾ ਕੁਝ ਕਰਨੇ 'ਤੇ, ਅਤੇ ਉਹਦੇ ਵਾਸਤੇ ਵੀ ਇੱਕ ਇਹ ਵੀ ਅਗੇਨ ਸਟ੍ਰੈਸ, ਐਂਗਜ਼ਾਇਟੀ, ਡਿਪਰੈਸ਼ਨ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਉਹਦੀ ਵਜ੍ਹਾ ਨਾਲ ਹੀ ਬੰਦਾ ਫਿਰ ਡਿਪਰੈਸ਼ਨ ਦੀ ਸਭ ਤੋਂ ਵੱਡੀ ਵਜ੍ਹਾ ਇਹੀ ਹੁੰਦੀ ਹੈ, ਉਹਦੀ ਨਿਸ਼ਾਨੀ ਇਹੀ ਹੁੰਦੀ ਹੈ ਕਿ ਤੁਸੀਂ ਜਿਹੜਾ ਸਭ ਤੋਂ ਅੱਛਾ ਔਰ ਪਸੰਦੀਦਾ ਔਰ ਰਿਲੈਕਸ ਵਾਲਾ ਕੰਮ ਜਿਹੜਾ ਤੁਸੀਂ ਜਿਹੜੇ ਉਹ ਦਿਲ ਨਹੀਂ ਕਰਦਾ ਕਰਨੇ 'ਤੇ, ਤੁਸੀਂ ਅਗਰ ਸੁੱਤੇ ਹੋ ਸੁੱਤੇ ਹੀ ਹੋ ਪਏ ਹੋ, ਕੋਈ ਦਿਲ ਉੱਠਣੇ ਦਾ ਦਿਲ ਨਹੀਂ ਕਰੇਗਾ ਤੁਹਾਨੂੰ। ਔਰ ਅਗਰ ਤੁਹਾਡੇ ਹਸਬੈਂਡ ਵਾਈਫ ਦੇ ਅਗਰ ਤੁਹਾਨੂੰ ਕਿਸੇ ਇੱਕ ਨੂੰ ਡਿਪਰੈਸ਼ਨ ਹੈ, ਐਂਗਜ਼ਾਇਟੀ ਹੈ, ਤਾਂ ਉਹ ਤੁਹਾਨੂੰ ਆਪੇ 'ਚ ਅਟਰੈਕਸ਼ਨ ਨਹੀਂ ਹੋਏਗਾ। ਇਸੇ ਤਰ੍ਹਾਂ ਮਿਡਲ ਏਜ ਦੇ ਜਿਹੜੇ ਲੋਕ ਨੇ, ਹਸਬੈਂਡ ਵਾਈਫ ਕਪਲਸ ਨੇ, ਉਹਨਾਂ ਨੂੰ ਵੀ ਹਾਰਮੋਨ ਦੀ ਕਮੀ ਦੀ ਵਜ੍ਹਾ ਨਾਲ ਇਹ ਪ੍ਰੋਬਲਮ ਹੋ ਜਾਂਦਾ, ਅਤੇ ਉਹ ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ ਕਰਦਿਆਂ ਉਹਨਾਂ ਨੂੰ ਕੋਈ ਮਤਲਬ ਅਟਰੈਕਸ਼ਨ ਨਹੀਂ ਹੁੰਦੀ, ਕੋਈ ਦਿਲ ਨਹੀਂ ਕਰਦਾ, ਅਤੇ ਉਹ ਵੀ ਅਗਰ ਹੋਮਿਓਪੈਥਿਕ ਹਰਬਲ ਦਵਾਈ ਉਹਨਾਂ ਨੂੰ ਦਿੱਤੀ ਜਾਏ ਤਾਂ ਉਹਨਾਂ ਦੇ ਹਾਰਮੋਨ ਲੈਵਲ ਵੱਧਦੇ ਆ। ਔਰ ਇਹ ਦਵਾਈਆਂ ਜਿਹੜੀਆਂ ਸਾਡੀਆਂ ਨੇ, ਇਹ ਕੋਈ ਟੈਂਪਰੇਰੀ ਦਵਾਈਆਂ ਨਹੀਂ ਹੁੰਦੀਆਂ ਕਿ ਤੁਸੀਂ ਟਾਈਮ ਦੇ ਮੁਤਾਬਿਕ ਇੱਕ ਗੋਲੀ ਖਾ ਲਓ ਔਰ ਆਪਣਾ ਕੰਮ ਕਰ ਲਓ, ਇਜ਼ ਨਾਟ ਲਾਈਕ ਦੈਟ, ਕਿਉਂਕਿ ਇਹ ਤੁਸੀਂ ਡੇਲੀ ਬੇਸਿਸ 'ਤੇ ਖਾਓਗੇ ਤਾਂ ਕਿ ਤੁਹਾਡੇ ਸਰੀਰ ਜਿਹੜਾ ਬਾਡੀ ਦਾ ਪੂਰਾ ਕੰਮ ਕਰੇਗਾ ਸਹੀ, ਅਤੇ ਫਿਰ ਹੀ ਤੁਸੀਂ ਪਰਫਾਰਮਸ ਕਰ ਸਕਦੇ ਹੋ। ਔਰ ਘਰ ਤੁਸੀਂ ਦਵਾਈ ਮੰਗਾ ਸਕਦੇ ਹੋ, ਤੁਹਾਨੂੰ ਆਉਣੇ ਦੀ ਕੋਈ ਜ਼ਰੂਰਤ ਨਹੀਂ ਹੈ, ਤੁਸੀਂ ਕਾਲ ਕਰੋ ਜਿਹੜਾ ਸਾਡਾ ਨੰਬਰ ਸਕਰੀਨ 'ਤੇ ਆ ਰਿਹਾ, ਔਰ ਆਪਣੀ ਸਿਹਤ ਦੇ ਬਾਰੇ 'ਚ ਮਤਲਬ ਡਿਲੇ ਨਾ ਕਰੋ। ਬਿਲਕੁਲ, ਜੇ ਤੁਸੀਂ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਡਾਇਰੈਕਟਲੀ ਡਾਕਟਰ ਸਾਹਿਬ ਦੇ ਨਾਲ, ਤਾਂ ਤੁਸੀਂ ਕਾਲ ਕਰ ਸਕਦੇ ਹੋ 7183963600 ਦੇ ਉੱਤੇ, ਔਰ ਤੁਸੀਂ ਸਲਾਹ ਲੈ ਸਕਦੇ ਹੋ। ਜੇਕਰ ਤੁਹਾਨੂੰ ਕੋਈ ਪਰਸਨਲ ਸੁਜੈਸ਼ਨ ਚਾਹੀਦੀ ਹੈ, ਜੇਕਰ ਤੁਹਾਨੂੰ ਆਪਣੇ ਘਰ ਦੇ ਵਿੱਚ ਮੈਡੀਸਿਨ ਚਾਹੀਦੀ ਹੈ ਤਾਂ ਦੇ ਕੈਨ ਸ਼ਿਪ ਯੂ, ਉਹ ਤੁਹਾਡੇ ਘਰ ਦੇ ਵਿੱਚ ਸ਼ਿਪ ਕਰ ਦਿੱਤੀ ਜਾਵੇਗੀ, ਤਾਂ ਤੁਸੀਂ ਡਾਇਰੈਕਟ ਰਾਬਤਾ ਕਾਇਮ ਕਰਕੇ ਡਾਕਟਰ ਚੌਧਰੀ ਤੋਂ ਸਲਾਹ ਲੈ ਸਕਦੇ ਹੋ। ਡਾਕਟਰ ਸਾਹਿਬ,
ਅਸੀਂ ਕਈ ਵਾਰ ਦੇਖਿਆ ਕਿ ਜਦ ਸੈਕਸ ਸਮੱਸਿਆਵਾਂ ਦੀ ਅਸੀਂ ਗੱਲ ਕਰਦੇ ਹਾਂ ਤੇ ਚਿੜਚਿੜਾਪਨ ਜੀ ਔਰ ਪਾਰਟਨਰ ਦੇ ਨਾਲ ਟਾਈਮ ਸਪੈਂਡ ਨਾ ਕਰਨਾ, ਤੁਸੀਂ ਸਾਨੂੰ ਕਾਰਨ ਦੱਸੇ ਜੀ, ਤੁਹਾਨੂੰ ਕੀ ਲੱਗਦਾ ਕਿ ਹੋਰ ਕਿਹੜੇ ਕਿਹੜੇ ਮੇਨ ਕਾਰਨ ਹੁੰਦੇ ਜਿਵੇਂ ਹਾਰਮੋਨਸ ਦੀ ਗੱਲ ਕੀਤੀ ਹਾਂਜੀ, ਤੇ ਹੈਲਥ ਨੂੰ ਲੈ ਕੇ ਜੀ ਕਿਹੜੇ ਕਿਹੜੇ ਹੋਰ ਤੁਹਾਨੂੰ ਲੱਗਦਾ ਕਿ ਪ੍ਰੀਕੋਸ਼ਨਸ ਲੈਣ ਦੀ ਲੋੜ ਹੈ? ਜੀ ਬਿਲਕੁਲ, ਇਹਦੀ ਅਗਰ ਸੈਕਸ਼ੂਅਲ ਵੀਕਨੈਸ ਹੈ ਤੁਹਾਨੂੰ ਔਰ ਔਰਤਾਂ 'ਚ ਵੀ ਔਰ ਮਰਦਾਂ 'ਚ ਵੀ ਦੋਨੋਂ ਹੀ ਅਸੀਂ ਗੱਲ ਕਰ ਰਹੇ ਹਾਂ, ਤੇ ਇੱਕ ਤੁਹਾਡਾ ਜਿਹੜਾ ਸਟਮਕ ਪ੍ਰੋਬਲਮ ਹੈ ਨਾ, ਡਾਈਜੈਸ਼ਨ ਦਾ ਟ੍ਰਬਲ ਜਿਹੜਾ ਹੋਣਾ, ਕਾਂਸਟੀਪੇਸ਼ਨ ਹੋਣਾ ਔਰ ਤੁਹਾਡਾ ਲਿਵਰ ਫੰਕਸ਼ਨ ਸਹੀ ਨਾ ਹੋਣਾ, ਉਹਦੀ ਵਜ੍ਹਾ ਨਾਲ ਵੀ ਤੁਹਾਡੀ ਬਾਡੀ ਜਿਹੜੀ ਹੈ ਪੂਰੀ ਐਨਰਜੀ ਨਹੀਂ ਬਣਾ ਸਕਦੀ। ਅਗਰ ਤੁਸੀਂ ਜੋ ਵੀ ਖਾਂਦੇ ਪੀਂਦੇ ਹੋ ਉਹ ਤੁਹਾਡੀ ਬਾਡੀ 'ਚ ਲੱਗੇਗਾ ਹੀ ਨਹੀਂ, ਹਜ਼ਮ ਹੀ ਨਹੀਂ ਹੋਏਗਾ, ਅਤੇ ਉਹਦੇ ਨਾਲ ਵੀ ਤੁਹਾਨੂੰ ਵੀਕਨੈਸ ਹੁੰਦੀ ਹੈ। ਠੀਕ ਹੈ, ਅਤੇ ਉਹਦਾ ਵੀ ਟੇਕ ਕੇਅਰ ਕਰੋ। ਮੈਂ ਦੇਖਿਆ ਕਿ ਜਿਹਨਾਂ ਲੋਕਾਂ ਨੂੰ ਸੈਕਸ਼ੂਅਲ ਵੀਕਨੈਸ ਹੁੰਦੀ ਹੈ ਜਿਹੜੀ ਯੰਗ ਏਜ ਵਿੱਚ, ਉਹਨਾਂ ਨੂੰ ਇਹ ਬਹੁਤ ਵੱਡਾ ਪ੍ਰੋਬਲਮ ਹੁੰਦਾ ਕਿ ਉਹਨਾਂ ਦਾ ਸਟਮਕ ਸਹੀ ਕੰਮ ਨਹੀਂ ਕਰਦਾ, ਉਹਨਾਂ ਨੂੰ ਐਸੀਡਿਟੀ, ਹਾਰਟ ਬਰਨ, ਜਾਂ ਇੱਕ ਬਹੁਤ ਵੱਡੀ ਵਜ੍ਹਾ ਕਿ ਖਾਣਾ ਖਾ ਕੇ ਫੌਰਨ ਤੁਸੀਂ ਸੌਂ ਜਾਣਾ, ਮਤਲਬ ਰਾਤ ਨੂੰ ਫੌਰਨ ਸੌਣਾ ਵੀ ਜਿਹੜਾ ਉਹ ਸਹੀ ਨਹੀਂ ਹੁੰਦਾ, ਉਹਦੇ ਨਾਲ ਸਟਮਕ ਵੀ ਪ੍ਰੋਬਲਮ ਹੁੰਦਾ, ਤੁਹਾਡਾ ਵੇਟ ਵੱਧਦਾ ਤੁਹਾਡਾ। ਅਗਰ ਤੁਸੀਂ ਬਿਲਕੁਲ ਠੀਕ ਸੀ ਪਹਿਲਾਂ ਲੇਕਿਨ ਤੁਸੀਂ ਤੁਹਾਨੂੰ ਟਾਈਮ ਨਹੀਂ ਮਿਲਦਾ ਦਿਨ ਨੂੰ ਜਾਂ ਸ਼ਾਮ ਨੂੰ, ਮਤਲਬ 4-5 ਵਜੇ ਖਾ ਲੈਣਾ ਚਾਹੀਦਾ ਖਾਣਾ, ਠੀਕ ਹੈ, ਲੇਕਿਨ ਅਗਰ ਤੁਸੀਂ ਬਹੁਤ ਲੇਟ ਖਾਓਗੇ ਤਾਂ ਉਹ ਪ੍ਰੋਬਲਮ ਹੈ, ਅਤੇ ਉਹ ਪ੍ਰੋਬਲਮ ਦੀ ਵਜ੍ਹਾ ਨਾਲ ਫਿਰ ਅਗਰ ਤੁਸੀਂ ਡਾਕਟਰ ਦੀ ਦਵਾਈ ਖਾਂਦੇ ਹੋ ਤਾਂ ਉਹ ਫਿਰ ਇੱਕ ਦਵਾਈ ਲੱਗ ਜਾਏਗੀ, ਫਿਰ ਉਹਦੇ ਸਾਈਡ ਇਫੈਕਟ, ਅਤੇ ਫਿਰ ਦੂਸਰੀ ਅਤੇ ਤੀਸਰੀ ਅਤੇ ਚੌਥੀ, ਅਤੇ ਫਿਰ 4-5 ਸਾਲ ਬਾਅਦ ਬੰਦੇ ਨੂੰ ਪਤਾ ਲੱਗਾ ਕਿ ਉਹ ਪੁਰਾਣੀ ਬਿਮਾਰੀ ਭੁੱਲ ਗਿਆ, ਉਹ ਸਾਈਡ ਇਫੈਕਟਾਂ ਦੇ ਇਲਾਜ ਕਰਾ ਰਿਹਾ। ਠੀਕ ਹੈ, ਅਤੇ ਲੇਕਿਨ ਅਗਰ ਇਸ ਤਰ੍ਹਾਂ ਦੇ ਪ੍ਰੋਬਲਮ ਹੈ ਔਰ ਕੋਈ ਵੀ ਪ੍ਰੋਬਲਮ ਹੈ ਨਾ, ਮਤਲਬ ਹਰ ਇੱਕ ਨੂੰ ਸੈਕਸ਼ੂਅਲ ਵੀਕਨੈਸ ਦਾ ਕੋਈ ਇੱਕ ਕਾਰਨ ਨਹੀਂ ਹੈ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਜਿਹੜਾ ਕਿ ਅਸੀਂ ਜਿਸ ਤਰ੍ਹਾਂ ਅਗਰ ਤੁਹਾਨੂੰ ਨੀਂਦ ਨਹੀਂ ਆ ਰਹੀ, ਤੁਹਾਨੂੰ ਡਿਪਰੈਸ਼ਨ, ਐਂਗਜ਼ਾਇਟੀ ਹੈ, ਤੁਹਾਨੂੰ ਭੁੱਖ ਨਹੀਂ ਲੱਗਦੀ, ਖਾਣਾ ਹਜ਼ਮ ਨਹੀਂ ਹੋ ਰਿਹਾ, ਠੀਕ ਹੈ, ਜਾਂ ਫਿਰ ਤੁਹਾਨੂੰ ਅਗਰ ਬਹੁਤ ਜ਼ਿਆਦਾ ਸਟ੍ਰੈਸ ਹੈ, ਓਵਰ ਵਰਕ ਦੀ ਵੀ ਇੱਕ ਵਜ੍ਹਾ ਹੈ, ਅਗਰ ਤੁਸੀਂ ਇੰਨਾ ਹੀ ਕੰਮ ਕਰੀ ਜਾਓਗੇ, ਹਫ਼ਤੇ 70-80 ਘੰਟੇ ਕੰਮ ਕਰੋਗੇ ਅਤੇ ਤੁਸੀਂ ਜਦ ਘਰ ਆਓਗੇ ਤਾਂ ਤੁਹਾਡੀ ਬਾਡੀ ਜਿਹੜੀ ਹੈ ਉਹ ਬਸ ਕਹੇਗੀ ਕਿ ਬਸ ਮੈਂ ਸੌਂ ਜਾਂ, ਮਤਲਬ ਯੂ ਕੈਨ ਨਾਟ ਡੂ ਐਨੀ ਐਕਟੀਵਿਟੀ, ਕਿਉਂਕਿ ਫਿਜ਼ੀਕਲ ਐਕਟੀਵਿਟੀ ਜਿਹੜੀ ਹੈ ਉਹ ਅਗਰ ਬਾਡੀ 'ਚ ਐਨਰਜੀ ਹੋਏਗੀ, ਤੁਹਾਡੀ ਬਾਡੀ ਰਿਲੈਕਸ ਹੋਏਗੀ, ਤਾਕਤ ਹੋਏਗੀ ਤਾਂ ਕਰ ਸਕਦੇ ਹੋ ਨਾ। ਅਤੇ ਜੇਕਰ ਅਸੀਂ ਮਹਿਲਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਕਿਹੜੀ ਕਿਹੜੀ ਤੁਹਾਨੂੰ ਲੱਗਦਾ ਹੈ ਕਿ ਹੈਲਥ ਪ੍ਰੋਬਲਮਸ ਹੁੰਦੀ ਜਿਸ ਕਰਕੇ ਇਹ ਪ੍ਰੋਬਲਮ ਆਉਂਦੀ ਹੈ? ਜੀ ਉਹਨਾਂ ਨੂੰ ਇੱਕ ਤਾਂ ਹੈ ਉਹ ਵੀ ਅਗੇਨ ਓਵਰ ਵਰਕ, ਕਿਉਂਕਿ ਮਹਿਲਾਵਾਂ ਨੂੰ ਹੈ ਕਿ ਇੱਥੇ ਖਾਸ ਤੌਰ 'ਤੇ ਸਾਡੇ ਮੁਲਕਾਂ 'ਚ ਇੱਥੇ ਡਬਲ ਕੰਮ ਕਰਨਾ ਪੈ ਜਾਂਦਾ ਉਹਨਾਂ ਨੂੰ, ਇੱਕ ਉਹ ਘਰ ਦਾ ਕੰਮ ਸੰਭਾਲਦੀਆਂ ਨੇ, ਬੱਚਿਆਂ ਨੂੰ ਟੇਕ ਕੇਅਰ ਕਰਨਾ, ਫਿਰ ਜਾਬ ਵੀ ਕਰਨੀ ਔਰ ਫਿਰ ਹਸਬੈਂਡ ਦਾ ਵੀ ਟੇਕ ਕੇਅਰ ਕਰਨਾ, ਅਤੇ ਇਹ ਬਹੁਤ ਜ਼ਿਆਦਾ ਓਵਰ ਵਰਕ। ਅੱਛਾ, ਉਹ ਕੀ ਕਰਦੀਆਂ ਨੇ, ਆਪਣੇ ਖਾਣੇ ਪੀਣੇ 'ਤੇ ਤਵੱਜੋ ਨਹੀਂ ਦਿੰਦੀਆਂ, ਇਹ ਬਹੁਤ ਵੱਡੀ ਵਜ੍ਹਾ ਔਰਤਾਂ ਵਿੱਚ, ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਉਹ ਆਪਣੇ ਕੰਮਾਂ 'ਚ ਲੱਗੀਆਂ ਰਹਿੰਦੀਆਂ ਨੇ ਕਿ ਉਹ ਟਾਈਮ 'ਤੇ ਖਾਣਾ ਨਹੀਂ, ਔਰ ਅਗਰ ਤੁਸੀਂ ਰੋਟੀ ਪਾਣੀ ਸਹੀ ਨਹੀਂ ਖਾਓਗੇ, ਰੈਸਟ ਨਹੀਂ ਕਰੋਗੇ, ਤਾਂ ਫਿਰ ਤੁਹਾਡਾ ਸਟ੍ਰੈਸ ਲੈਵਲ ਬਹੁਤ ਵਧੇਗਾ, ਉਹਦੇ ਨਾਲ ਉਹਨਾਂ ਦੇ ਵਾਲ ਡਿੱਗਣਾ, ਉਹਨਾਂ ਦੇ ਹਾਰਮੋਨ ਡਿਸਟਰਬ ਹੋਣਾ, ਪੀਰੀਅਡ ਦਾ ਸਹੀ ਨਾ ਆਉਣਾ, ਔਰ ਉਹ ਹਾਰਮੋਨ ਦੀ ਕਮੀ ਦੀ ਵਜ੍ਹਾ ਨਾਲ ਫਿਰ ਉਹਨਾਂ ਨੂੰ ਟਾਇਰਡ ਫੀਲ ਕਰਨਾ, ਸਪੈਸ਼ਲੀ ਬਲੱਡ ਦੀ ਕਮੀ ਹੋ ਜਾਂਦੀ ਹੈ, ਆਇਰਨ ਔਰ ਹੀਮੋਗਲੋਬਿਨ, ਉਹ ਅਗਰ ਤੁਸੀਂ ਖਾਓ ਪੀਓਗੇ ਨਹੀਂ ਸਹੀ ਤਾਂ ਉਹ ਤੁਹਾਡੀ ਕਮਜ਼ੋਰੀ ਹੋਏਗੀ। ਔਰ ਅਕਸਰ ਦੇਖਿਆ ਗਿਆ ਕਿ ਔਰਤਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ, ਉਹਨਾਂ ਨੂੰ ਸਿਰ ਦਰਦ ਹੋ ਜਾਂਦਾ, ਔਰ ਉਹਦੀ ਇੱਕ ਬਹੁਤ ਵੱਡੀ ਵਜ੍ਹਾ ਹੈ ਕਿ ਟਾਈਮ 'ਤੇ ਰੋਟੀ ਪਾਣੀ ਨਾ ਖਾਣਾ, ਹਰ 4 ਘੰਟੇ ਬਾਅਦ ਖਾਣਾ ਚਾਹੀਦਾ, ਜ਼ਿਆਦਾ ਵੀ ਬਾਰ ਬਾਰ ਵੀ ਨਹੀਂ ਖਾਣਾ ਚਾਹੀਦਾ, ਚੜ੍ਹਦਿਆਂ ਰਹਿਣਾ ਚਾਹੀਦਾ ਜਿਸ ਪੰਜਾਬੀ 'ਚ ਕਹਿੰਦੇ ਨੇ, ਉਹ ਨਹੀਂ ਕਰਨਾ ਚਾਹੀਦਾ। ਠੀਕ ਹੈ, ਸੁਬਹਾ ਤੁਸੀਂ ਅੱਛੀ ਤਰ੍ਹਾਂ ਨਾਸ਼ਤਾ ਕਰੋ, ਉਹਦੇ 'ਚ ਫਰੂਟ ਵੈਜੀਟੇਬਲਸ ਦਾ ਇਸਤੇਮਾਲ ਕਰੋ, ਦੁੱਧ ਦਾ, ਦੇਸੀ ਘਿਓ, ਬਟਰ ਵਗੈਰਾ, ਸਭ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ, ਸਿਰਫ ਅਵੋਇਡ ਕਰੋ ਤਾਂ ਜ਼ਿਆਦਾ ਸ਼ੂਗਰ ਵਾਲਾ, ਸੋਡੇ, ਜੂਸ, ਪ੍ਰੋਸੈਸ ਫੂਡ ਜਿਤਨੇ ਨੇ, ਕੁਕੀਜ਼ ਵਗੈਰਾ, ਸੀਰੀਅਲ, ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚੋ, ਦੁੱਧ ਦਾ ਇਸਤੇਮਾਲ ਜ਼ਰੂਰ ਕਰੋ ਔਰ ਟਾਈਮ 'ਤੇ ਰੋਟੀ ਖਾਓ, ਜਿਸ ਤਰ੍ਹਾਂ ਅਗਰ ਸੁਬਹਾ 8 ਵਜੇ ਨਾਸ਼ਤਾ ਕਰਦੇ ਹੋ, 12 ਵਜੇ ਲੰਚ ਕਰੋ, 5 ਵਜੇ ਡਿਨਰ ਕਰੋ, ਉਹਦੇ ਦਰਮਿਆਨ ਤੁਸੀਂ ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ ਔਰ ਨੀਂਦ ਪੂਰੀ ਕਰੋ, ਔਰ ਆਪਣਾ ਜਿਹੜਾ ਡੇ ਆਫਸ ਨੇ ਉਹ ਸਿਰਫ ਆਪਣੇ ਲਾਂਡਰੀ ਕਰਨ ਵਾਸਤੇ ਨਹੀਂ, ਡੇ ਆਫ ਇੱਕ ਰੱਖੋ, ਕਿਉਂਕਿ ਦੇਖਿਆ ਗਿਆ ਕਿ ਇੰਨੇ ਕੰਮ ਹੁੰਦੇ ਨੇ ਕਿ ਇੱਕ ਦਿਨ ਛੁੱਟੀ ਹੁੰਦੀ ਹੈ, ਅਤੇ ਇੱਕ ਦਿਨ ਛੁੱਟੀ 'ਚ ਉਹ ਇੰਨੇ ਚੀਜ਼ਾਂ ਕਰਦੇ ਆ ਜਿੰਨਾ ਕਿ ਕੰਮ 'ਤੇ ਵੀ ਉਹ ਜ਼ਿਆਦਾ ਨਹੀਂ ਕਰਦੇ, ਅਤੇ ਮਤਲਬ ਉਹ ਰੈਸਟ ਨਹੀਂ ਹੁੰਦਾ ਬਾਡੀ 'ਚ, ਬਾਡੀ ਨੂੰ ਰੈਸਟ ਨਹੀਂ ਮਿਲਦਾ। ਹਾਂਜੀ, ਅਤੇ ਰੈਸਟ ਇਜ਼ ਦਾ ਬੈਸਟ ਪਾਲਿਸੀ ਮੈਂ ਕਹਿੰਦਾ, ਟੂ ਬੀ ਹੈਲਥ। ਹਾਂਜੀ, ਅਤੇ ਟੂ ਬੀ ਹੈਪੀ ਆਲਸੋ। ਹਾਂਜੀ ਬਿਲਕੁਲ। ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕੋਈ ਸਲਾਹ ਤਾਂ ਤੁਸੀਂ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਔਰ ਜੇਕਰ ਤੁਸੀਂ ਡਾਇਰੈਕਟ ਕਾਲ ਕਰਕੇ ਕੋਈ ਪਰਸਨਲ ਸਲਾਹ ਲੈਣਾ ਚਾਹੁੰਦੇ ਹੋ ਡਾਕਟਰ ਸਾਹਿਬ ਤੋਂ ਤਾਂ ਉਹਨਾਂ ਦੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, 7183963600 ਦੇ ਉੱਤੇ ਕਾਲ ਕਰਕੇ ਉਹਨਾਂ ਨੂੰ ਤੁਸੀਂ ਆਪਣੀ ਜਾਣਕਾਰੀ ਦੇ ਸਕਦੇ ਹੋ, ਤਾਂ ਕਿ ਉਹ ਤੁਹਾਨੂੰ
ਜਿਹੜੀ ਸੁਜੈਸ਼ਨ ਬੈਟਰ ਹੈਗੀ ਆ ਉਹ ਦੇ ਸਕਣ। ਲੇਕਿਨ ਤੁਸੀਂ ਅਗਰ ਕੋਈ ਹੁਣੇ ਸਲਾਹ ਚਾਹੁੰਦੇ ਹੋ ਲਾਈਵ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਹੇਠ ਲਿਖੇ ਨੰਬਰ ਦੇ ਉੱਤੇ। ਡਾਕਟਰ ਸਾਹਿਬ ਜੀ ਭਰਪੂਰ ਔਰ ਹੈਪੀ ਔਰ ਹੈਲਦੀ ਲਾਈਫ ਜੀ, ਉਹ ਵੀ ਸੈਕਸ ਲਾਈਫ ਜੀ, ਹੋਰ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਨਾਲ ਬਣਾਈ ਜਾ ਸਕਦੀ ਹੈ? ਦੇਖੋ ਇਹ ਹੀ ਹੈ ਕਿ ਤੁਸੀਂ ਆਪਣਾ ਹਸਬੈਂਡ ਵਾਈਫ ਨੂੰ ਇੱਕ ਦੂਜੇ ਨੂੰ ਟਾਈਮ ਦਿਓ, ਰੈਸਟ ਜ਼ਰੂਰੀ ਹੈ। ਠੀਕ ਹੈ, ਕਾਲ ਲੈ ਰਹੇ ਹੋ? ਸਾਡੇ ਕੋਲ ਕਾਲ ਆ ਗਈ ਹੈ ਜੀ, ਆਪਣਾ ਸਲਾਹ ਲੈ ਲੈਂਦੇ ਹਾਂ, ਉਹਨਾਂ ਨੂੰ ਦੇ ਦਿੰਦੇ ਹਾਂ ਤੁਹਾਡੀ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਤੁਸੀਂ ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ, ਮੇਰਾ ਜੀ ਇੱਕ ਕੁਐਸਚਨ ਆ, ਜਿੱਦਾਂ ਸਵੇਰੇ ਮੈਂ ਉੱਠਦਾ, ਮੈਂ ਕੰਮ ਤੇ ਜਾਂਦਾ ਤੇ 9 ਘੰਟੇ ਮੈਂ ਕੰਮ ਕਰਦਾ ਜੀ, ਪਰ ਮੈਂ ਕੰਮ ਦੂਰ ਜਾਂਦਾ ਕਰਨ ਤੇ ਮੈਨੂੰ 12 ਘੰਟੇ ਲੱਗ ਜਾਂਦੇ ਆ ਆਉਣ ਜਾਣ ਦੇ ਵਿੱਚ। ਓਕੇ, ਉਸ ਤੋਂ ਬਾਅਦ ਆ ਕੇ ਮੈਂ ਰਾਤ ਨੂੰ ਸੌ ਜਾਂਦਾ ਤੇ ਮੇਰੇ ਜਿੱਦਾਂ ਲੱਤਾਂ ਦੇ ਵਿੱਚ ਪੇਨ ਰਹਿੰਦੀ ਆ, ਥਕਾਵਟ ਰਹਿੰਦੀ ਆ ਜੀ। ਇੱਕ ਮੈਨੂੰ ਸਵੇਰ ਨੂੰ ਕੁਛ, ਯਾਨੀ ਕਿ ਮੈਨੂੰ ਕੁਛ ਦੱਸੋ ਇੱਦਾਂ ਦਾ ਕਿ ਮੈਂ ਸਵੇਰ ਨੂੰ ਬ੍ਰੇਕਫਾਸਟ ਵਿੱਚ ਕੀ ਖਾਇਆ ਕਰਾਂ, ਮੇਰੀ ਫੂਡ ਡਾਈਜੈਸਟ ਨਹੀਂ ਹੁੰਦਾ, ਦੱਸਦਾ ਮੈਂ ਕੀ ਪ੍ਰੋਬਲਮ ਰਹਿੰਦੀ ਆ ਤੇ ਮੁੜ ਕੇ ਲੱਤਾਂ ਦੋਖਦੀਆਂ, ਪੈਰ ਵੀ ਥੋੜੇ ਥੋੜੇ ਸੋਜੇ ਜਾਂਦੇ ਆ ਜੀ। ਠੀਕ ਹੈ, ਤੁਹਾਡੀ ਉਮਰ ਕਿੰਨੀ ਹੈ? ਖਾਣਾ ਹਜ਼ਮ ਨਹੀਂ ਹੁੰਦਾ, ਉਹਦੇ ਵਾਸਤੇ ਤੁਹਾਨੂੰ ਦਵਾਈ ਚਾਹੀਦੀ ਹੈ ਤਾਂ ਕਿ ਤੁਸੀਂ ਉਹ ਤੁਹਾਡਾ ਮੇਦਾ ਠੀਕ ਹੋ ਜਾਏ, ਖਾਣਾ ਹਜ਼ਮ ਹੋਣਾ ਸ਼ੁਰੂ ਹੋਵੇ। ਠੀਕ ਹੈ, ਉਹ ਤੁਸੀਂ ਸਾਡੇ ਨੰਬਰ ਤੇ ਕਾਲ ਕਰਕੇ ਮੰਗਾ ਸਕਦੇ ਹੋ। ਔਰ ਦੂਸਰਾ ਕਿ ਸੁਬਹਾ ਉੱਠੋ, ਇੱਕ ਗਲਾਸ ਪਾਣੀ ਪੀਆ ਕਰੋ, ਇੱਕ ਸੇਬ ਖਾਇਆ ਕਰੋ, ਤੇ ਨਾਸ਼ਤਾ ਜਿਹੜਾ ਕਰਨਾ ਕਰੋ, ਉਹਦੇ ਬਾਅਦ ਰਾਤ ਨੂੰ ਸੌਂਦਿਆਂ ਦੁੱਧ ਦਾ ਗਲਾਸ ਗਰਮ ਕਰਕੇ ਪੀਓ। ਅੱਛਾ, ਦੂਜਾ ਜਿਹੜਾ ਸਭ ਤੋਂ ਵੱਡੀ ਗੱਲ ਹੁਣ ਮੈਂ ਤੁਹਾਨੂੰ ਕਹਿਣ ਲੱਗਾ, ਉਹ ਕਿ ਤੁਸੀਂ ਕੰਮ ਜਿਹੜਾ ਤੁਹਾਡਾ ਜ਼ਰੂਰੀ ਇਹ ਹੀ ਕੰਮ ਹੈ, ਕਿਉਂਕਿ ਨੇੜੇ ਨਹੀਂ ਹੋ ਸਕਦਾ ਕੰਮ ਘਰ ਤੋਂ? ਕੰਮ ਜ਼ਰੂਰੀ ਹੈ, ਜਿੱਦਾਂ ਕੰਮ ਇਹ ਆ ਤੇ ਫੈਮਿਲੀ ਦੇ ਨਾਲ ਮੈਂ ਰਹਿੰਦਾ ਹਾਂ। ਤੇ ਨਹੀਂ, ਤੁਸੀਂ ਕੋਈ ਇਹ ਨਹੀਂ ਹੋ ਸਕਦਾ ਕਿ ਜਿੱਥੇ ਕੰਮ ਹੈ ਉੱਥੇ ਨੇੜੇ ਕਿਤੇ ਰਹਿ ਸਕੋ ਕਿ ਨਹੀਂ? ਪਰ ਮੈਂ ਫੈਮਿਲੀ ਦੇ ਨਾਲ ਰਹਿੰਦਾ ਤੇ ਫਿਰ ਫੈਮਿਲੀ ਨੂੰ ਵੱਖ ਹੋ ਜਾਂਦਾ ਹੈ ਨਜ਼ਦੀਕ ਰਵੋ, ਜਿਸ ਤਰ੍ਹਾਂ ਵੀ ਮਤਲਬ ਪਲਾਨ ਕਰ ਸਕਦੇ ਹੋ ਨਾ ਹੁਣ ਤੋਂ ਹੀ। ਅਗਰ ਇਸ ਤਰ੍ਹਾਂ ਕਰਦੇ ਰਹੋਗੇ ਤੇ ਤੁਸੀਂ ਕੰਮ 8-9 ਘੰਟੇ ਕਰਦੇ ਹੋ ਤੇ 4 ਘੰਟੇ ਆਣੇ ਜਾਣੇ ਚ ਲਾ ਦਿੰਦੇ ਹੋ, ਰਾਈਟ? ਹਾਂਜੀ, ਤੇ ਅਗਰ ਇਹ ਤੁਸੀਂ ਇਹਦੇ ਬਾਰੇ ਸੋਚੋਗੇ ਤੇ ਕੁਝ ਕਰੋਗੇ ਨਾ, ਰਾਈਟ? ਇਹ ਵੀ ਤੁਹਾਡਾ ਇਲਾਜ ਹੈ, ਸਮਝਿਓ ਕਿ ਬਿਲਕੁਲ ਤੁਸੀਂ ਕੰਮ ਦੇ ਨਜ਼ਦੀਕ ਰਹਿਣਾ ਚਾਹੀਦਾ, ਉੱਥੇ 10 ਮਿੰਟ ਜਾ ਕੇ 10 ਮਿੰਟ ਚਲੇ ਗਏ ਤੇ ਉਹਦੇ ਨਾਲ ਵੀ ਤੁਹਾਡੀ ਸਿਹਤ ਤੇ ਬਹੁਤ ਜ਼ਿਆਦਾ ਅਸਰ ਪਏਗਾ। ਠੀਕ ਹੈ, ਜੇਕਰ ਤੁਸੀਂ ਚਾਹੁੰਦੇ ਹੋ ਡਾਕਟਰ ਸਾਹਿਬ ਨਾਲ ਰਾਬਤਾ ਕਾਇਮ ਕਰਨਾ ਤਾਂ ਤੁਸੀਂ ਦੇਖ ਸਕਦੇ ਹੋ ਟੀਵੀ ਦੇ ਉੱਤੇ ਉਹਨਾਂ ਦਾ ਨੰਬਰ ਚੱਲ ਰਿਹਾ, ਤੁਸੀਂ ਡਾਇਰੈਕਟ ਕਾਲ ਕਰਕੇ ਉਹਨਾਂ ਨੂੰ ਸਲਾਹ ਵੀ ਲੈ ਸਕਦੇ ਹੋ। ਔਰ ਜੇਕਰ ਤੁਹਾਨੂੰ ਉਹ ਸਲਾਹ ਦਿੰਦੇ ਹਨ ਕਿਸੇ ਮੈਡੀਸਨ ਦੀ, ਤਾਂ ਤੁਸੀਂ ਮੈਡੀਸਨ ਵੀ ਲੈ ਸਕਦੇ ਹੋ, ਤੁਹਾਨੂੰ ਸ਼ਿਪਿੰਗ ਤੁਹਾਡੇ ਘਰ ਦੇ ਵਿੱਚ ਕਰ ਦਿੱਤੀ ਜਾਵੇਗੀ, ਭਾਵੇਂ ਤੁਸੀਂ ਕਿਹੜੀ ਵੀ ਸਟੇਟ ਦੇ ਵਿੱਚ ਹੈਗੇ ਹੋ। ਡਾਕਟਰ ਸਾਹਿਬ, ਤੁਸੀਂ ਆਪਣੀ ਗੱਲ ਕਰ ਰਹੇ ਸੀ। ਹਾਂਜੀ, ਅਗੇਨ ਇਹੀ ਕਿ ਇਹ ਜਿਹੜੀਆਂ ਅਸੀਂ ਦਵਾਈਆਂ ਰੈਕਮੈਂਡ ਕਰਦੇ ਹਾਂ, ਕੋਈ ਡਰੱਗਸ ਨਹੀਂ ਹੈ ਜਾਂ ਕੋਈ ਐਂਟੀਬਾਇਓਟਿਕ ਨਹੀਂ ਹੈ ਕਿ ਬਾਈ ਤੁਸੀਂ ਇਹ ਸਪਲੀਮੈਂਟੇਸ਼ਨ ਹੈ ਕਿ ਅਗਰ ਤੁਹਾਡੀ ਬਾਡੀ ਵੀਕ ਹੈ ਤਾਂ ਉਹਨੂੰ ਤਾਕਤ ਦੇਣ ਵਾਸਤੇ ਵੀ ਤਾਂ ਕੁਝ ਕਰਨਾ ਚਾਹੀਦਾ ਨਾ। ਅਗਰ ਤੁਹਾਡਾ ਖਾਣਾ ਹਜ਼ਮ ਨਹੀਂ ਹੋ ਰਿਹਾ ਤਾਂ ਉਹਨੂੰ ਮੇਦੇ ਨੂੰ ਠੀਕ ਕਰਨ ਵਾਸਤੇ ਵੀ ਅਸੀਂ ਦਵਾਈ ਦਾਂਗੇ, ਪਲੱਸ ਉਹਨਾਂ ਨੂੰ ਸਪਲੀਮੈਂਟ, ਜਿਸ ਤਰ੍ਹਾਂ ਬੱਚਾ ਕਹਿ ਰਿਹਾ ਸੀ 24 ਸਾਲ ਦਾ ਬਿਲਕੁਲ, ਔਰ ਉਹਦੇ ਲੱਤਾਂ ਜਿਹੜੀਆਂ ਨੇ ਦਰਦ ਕਰ ਰਹੀਆਂ ਨੇ, ਇਤਨੀਆਂ ਜ਼ਿਆਦਾ ਨਹੀਂ ਹੋਣੀ ਚਾਹੀਦੀਆਂ, ਔਰ ਵੀਕਨੈਸ ਬਹੁਤ ਹੈ, ਸਟਮਕ ਕੰਮ ਨਹੀਂ ਕਰ ਰਿਹਾ, ਅਤੇ ਉਹਦੇ ਵਾਸਤੇ ਸਪਲੀਮੈਂਟੇਸ਼ਨ ਦੀ ਜ਼ਰੂਰਤ ਹੈ। ਡਾਕਟਰ ਸਾਹਿਬ, ਮੈਂ ਦੇਖਿਆ ਕਿ ਕਈ ਸਾਰੇ ਸਾਡੇ ਜਿਹੜੇ ਜਿਨ੍ਹਾਂ ਦੀ ਸ਼ਿਕਾਇਤ ਜਿਨ੍ਹਾਂ ਨੂੰ ਰਹਿੰਦੀ ਹੈ, ਕੋਈ ਹੋਰ ਸਪਲੀਮੈਂਟ ਯੂਜ਼ ਕਰਦੇ ਹਨ ਜੋ ਕਿ ਆਮ ਤੌਰ 'ਤੇ ਤੁਹਾਨੂੰ ਸ਼ੋਪ ਦੇ ਵਿੱਚ ਮਿਲ ਜਾਂਦੇ ਹਨ, ਫਾਰਮੈਸੀ ਦੇ ਵਿੱਚ ਮਿਲ ਜਾਂਦੇ ਹਨ, ਜਿਵੇਂ ਆਪਣੀ ਸੈਕਸ ਲਾਈਫ ਨੂੰ ਵਧੀਆ ਕਰਨ ਦੇ ਲਈ ਉੱਥੇ ਉਹਨਾਂ ਨੂੰ ਉਹ ਟੈਬਲੇਟਸ ਦਿੱਤੀ ਜਾਂਦੀ ਹੈ, ਹਾਂਜੀ, ਉਹ ਕਿੰਨੀ ਕੁ ਹਾਨੀਕਾਰਕ ਹੁੰਦੀ ਹੈ? ਦੇਖੋ, ਉਹ ਸਟਿਮੂਲੈਂਟ ਹੁੰਦੀ ਹੈ ਕਿ ਉਹ ਵਕਤੀ ਤੌਰ 'ਤੇ ਤੁਹਾਨੂੰ ਮਤਲਬ ਕਿ ਫਾਇਦਾ ਪਹੁੰਚਾਉਂਦੀ ਹੈ, ਉਹ ਵਕਤੀ ਤੌਰ ਵਾਲਾ ਕੰਮ ਜਿਹੜਾ ਉਹ ਨਹੀਂ ਠੀਕ ਹੁੰਦਾ, ਕਿਉਂਕਿ ਅਗਰ ਤੁਹਾਡੀ ਬਾਡੀ, ਉਹਦੀ ਮੈਂ ਮਿਸਾਲ ਇਸ ਤਰ੍ਹਾਂ ਹੀ ਦਾਂਗਾ ਕਿ ਅਗਰ ਤੁਹਾਡੀ ਗੱਡੀ ਦੀ ਬੈਟਰੀ ਜਿਹੜੀ ਹੈ ਉਹ ਵੀਕ ਹੈ, ਅਤੇ ਜਦੋਂ ਤੁਸੀਂ ਗੱਡੀ ਸਟਾਰਟ ਕਰਦੇ ਹੋ ਤੁਸੀਂ ਜੰਪਰ ਕੇਬਲ ਲਾ ਕੇ ਸਟਾਰਟ ਕਰ ਲੈਂਦੇ ਹੋ ਲਾਈਕ ਦੈਟ, ਅਗਰ ਅਗਰ ਤੁਹਾਡੀ ਬੈਟਰੀ ਸਟਰੋਂਗ ਹੈ ਤੁਸੀਂ ਜਦੋਂ ਵੀ ਸੈਲਫ ਲਾਓਗੇ ਚਾਬੀ ਲਾਓਗੇ ਸਟਾਰਟ ਹੋ ਜਾਏਗੀ। ਇਹ ਬੰਦੇ ਦੀ ਵੀ ਲਾਈਫ ਇਸ ਤਰ੍ਹਾਂ ਹੀ ਹੈ ਕਿ ਬਾਡੀ ਜਿਹੜੀ ਹੈ ਉਹ ਤੁਹਾਡੀ ਸਟਰੋਂਗ ਹੋਣੀ ਚਾਹੀਦੀ ਹੈ, ਔਰ ਜਦੋਂ ਵੀ ਕੋਈ ਵੀ ਜ਼ਰੂਰਤ ਹੈ ਤੁਸੀਂ ਐਕਸਰਸਾਈਜ਼ ਕਰਨੀ ਹੈ, ਤੁਸੀਂ ਸੈਕਸ਼ੁਅਲ ਐਕਟੀਵਿਟੀ ਕਰਨੀ ਹੈ ਜਾਂ ਕੁਝ ਹੋਰ ਦੌੜ ਭੱਜ ਕਰਨੀ ਹੈ, ਤਾਂ ਤੁਹਾਡੀ ਬਾਡੀ ਸਟਰੋਂਗ ਹੋਣੀ ਚਾਹੀਦੀ ਹੈ ਹਰ ਵੇਲੇ, ਅਤੇ ਉਹਦੇ ਵਾਸਤੇ ਤੁਹਾਨੂੰ ਹੋਮਿਓਪੈਥਿਕ ਹਰਬਲ 'ਚ ਇਸੇ ਤਰ੍ਹਾਂ ਦੀਆਂ ਜੜੀ ਬੂਟੀਆਂ ਨੇ ਕਿ ਜਿਹੜੇ ਤੁਹਾਡੇ ਹਾਰਮੋਨਸ ਨੂੰ ਵਧਾਉਂਦੀਆਂ ਨੇ, ਤੁਹਾਡੇ ਮਸਲਸ ਨੂੰ ਸਟਰੋਂਗ ਕਰਦੀਆਂ ਨੇ, ਤੁਹਾਡੇ ਨਰਵਸ ਸਿਸਟਮ ਨੂੰ ਸਟਰੋਂਗ ਕਰਦੀਆਂ ਨੇ, ਔਰ ਉਹਦੀ ਵਜ੍ਹਾ ਨਾਲ ਹੈ ਕਿ ਤੁਸੀਂ ਅਗਰ ਉਹ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਬਿਮਾਰੀਆਂ ਤੋਂ ਬਚ ਜਾਂਦੇ ਹੋ। ਜੀ, ਸਾਡੇ ਕੋਲ ਹੋਰ ਵੀ ਕਾਲਰ ਜੁੜ ਚੁੱਕੇ ਨੇ, ਉਹਨਾਂ ਦਾ ਵੀ ਆਪਾਂ ਕਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ?
ਹੈਲੋ ਹੈਲੋ ਮੈਂ ਆਪਣੇ ਦਰਸ਼ਕਾਂ ਨੂੰ ਦਰਖਵਾਸ ਕਰਾਂਗਾ ਤੁਸੀਂ ਜਦ ਕਾਲ ਕਰਦੇ ਹੋ ਆਪਣੇ ਟੀ ਵੀ ਸੈੱਟ ਦੀ ਵੋਲਿਊਮ ਨੂੰ ਘੱਟ ਕਰ ਲਿਆ ਕਰੋ ਤਾਂ ਕਿ ਤੁਹਾਡੀ ਆਵਾਜ਼ ਜਿਹੜੀ ਹੈ ਉਹ ਸਾਡੇ ਤੱਕ ਪਹੁੰਚ ਸਕੇ। ਡਾਕਟਰ ਸਾਹਿਬ ਮੈਂ ਇੱਕ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੁੰਦਾ, ਮੇਰੇ ਜ਼ਿਹਨ ਦੇ ਵਿੱਚ ਚੱਲ ਰਿਹਾ ਸੀਗਾ, ਤੁਸੀਂ ਕਿਹਾ ਕਿ ਉਹਦੇ ਸਾਈਡ ਇਫੈਕਟਸ ਹੁੰਦੇ ਹਨ ਜਿਹੜੇ ਅਸੀਂ ਲੈਂਦੇ ਟੈਂਪਰੇਰੀ ਟੈਂਪਰੇਰੀ ਲੈਂਦੇ ਹਾਂਜੀ, ਤੇ ਹੋਮਿਓਪੈਥੀ ਸਿਧਾਂਤ ਜੀ ਬਿਲਕੁਲ ਜੜ ਤੋਂ ਕਿਵੇਂ ਖਤਮ ਕਰ ਸਕਦਾ? ਕਿਉਂਕਿ ਉਹ ਅਸੀਂ ਐਸੀ ਜੜੀ ਬੂਟੀਆਂ ਔਰ ਐਸੇ ਫਾਰਮੂਲੇਸ਼ਨ ਦਿੰਦੇ ਹਾਂ ਜਿਹੜੀ ਕਿ ਉਸ ਅਗਰ ਲੈਸ ਸੀ ਉਹਨਾਂ ਦੇ ਹਾਰਮੋਨ ਦੀ ਕਮੀ ਹੈ, ਤੁਹਾਡੀ ਬਾਡੀ ਜਿਹੜੀ ਹੈ ਪੂਰੇ ਹਾਰਮੋਨ ਨਹੀਂ ਬਣਾ ਰਹੀ, ਅਤੇ ਹੋਮਿਓਪੈਥਿਕ ਹਰਬਲ ਦਵਾਈ ਦੇ ਕੇ ਉਹਨਾਂ ਦੀ ਬਾਡੀ ਨੂੰ ਸਟਿਮੂਲੇਟ ਕੀਤਾ ਜਾਂਦਾ ਜਿਹਦੇ ਨਾਲ ਉਹ ਹਾਰਮੋਨ ਨੈਚੁਰਲੀ ਹਾਰਮੋਨ ਵੱਧਦੇ ਆ ਫਿਰ, ਠੀਕ ਹੈ, ਅਤੇ ਉਹਦੀ ਵਜ੍ਹਾ ਨਾਲ ਫਿਰ ਉਹਨਾਂ ਦੀ ਟਾਈਮਿੰਗ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ 'ਤੇ ਫਰਕ ਪੈਂਦਾ ਫਰਕ ਪੈਂਦਾ। ਸਾਡੇ ਨਾਲ ਕਾਲਰ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਡਾਕਟਰ ਸਾਹਿਬ ਤੋਂ। ਦੇਖੋ ਕੋਈ ਵੀ ਚੀਜ਼ ਜਿਹੜੀ ਤੁਸੀਂ ਜ਼ਿਆਦਤੀ ਕਰਦੇ ਹੋ ਨਾ, ਭਾਵੇਂ ਤੁਸੀਂ ਪਾਣੀ ਵੀ ਜਿਸ ਤਰ੍ਹਾਂ ਥੋੜਾ ਜ਼ਿਆਦਾ ਪੀ ਲਓ ਤੇ ਬੰਦਾ ਮਤਲਬ ਨੁਕਸਾਨ ਹੋ ਸਕਦਾ ਉਹਨੂੰ, ਰਾਈਟ? ਅਤੇ ਇਸੇ ਤਰ੍ਹਾਂ ਹੀ ਹੈ, ਅਤੇ ਅਗਰ ਤੁਸੀਂ ਰੈੱਡ ਵਾਈਨ ਥੋੜ੍ਹੀ ਜਿਹੀ ਪੀ ਲੈਂਦੇ ਹੋ ਰੋਜ਼ ਇੱਕ ਮਤਲਬ ਪੈਗ ਕਹਿ ਲਓ ਜਾਂ ਇੱਕ ਗਲਾਸ ਕਹਿ ਲਓ ਤਾਂ ਉਹ ਠੀਕ ਹੈ, ਲੇਕਿਨ ਇਹ ਕਿ ਅਗਰ ਤੁਸੀਂ ਬਹੁਤ ਜ਼ਿਆਦਾ ਅਲਕੋਹਲ ਜਿਹੜਾ ਨਾ ਨੈਚੁਰਲੀ, ਖੈਰ ਅਲਕੋਹਲ ਬਾਡੀ ਵਾਸਤੇ ਠੀਕ ਨਹੀਂ ਹੁੰਦਾ, ਸਮਝ ਗਏ, ਉਹ ਲਿਵਰ ਨੂੰ ਇਫੈਕਟ ਕਰਦਾ, ਅਤੇ ਅਗਰ ਤੁਸੀਂ ਥੋੜ੍ਹਾ ਬਹੁਤ ਡਰਿੰਕ ਕਰ ਲੈਂਦੇ ਹੋ ਤਾਂ ਠੀਕ ਹੈ, ਲੇਕਿਨ ਬਹੁਤ ਜ਼ਿਆਦਾ ਕਰਨ ਨਾਲ ਤਾਂ ਬਹੁਤ ਫਿਰ ਪ੍ਰੋਬਲਮ ਹੁੰਦਾ, ਠੀਕ ਹੈ। ਤੁਸੀਂ ਗੱਲ ਕਰ ਸਕਦੇ ਡਾਕਟਰ ਸਾਹਿਬ ਨਾਲ, ਔਨ ਏਅਰ ਹੋ ਤੁਸੀਂ? ਬਿਲਕੁਲ, ਉਹਦਾ ਇਲਾਜ ਹੀ ਹੋਮਿਓਪੈਥਿਕ ਚ, ਬਾਕੀ ਐਲੋਪੈਥਿਕ ਚ ਨਹੀਂ ਹੈ ਉਹਦਾ ਇਲਾਜ। ਹਾਂਜੀ, ਅੱਛਾ, ਬਿਲਕੁਲ, ਅਤੇ ਤੁਸੀਂ ਮੈਨੂੰ ਆਫਿਸ ਕਾਲ ਕਰ ਲਓ ਅਤੇ ਡਿਟੇਲ ਨਾਲ ਗੱਲ ਕਰਨੀ ਪਏਗੀ ਤੁਹਾਡੇ ਨਾਲ, ਅਤੇ ਜੋ ਵੀ ਦਵਾਈ ਰੈਕਮੈਂਡ ਕਰਾਂਗੇ। ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਤਾਂ ਨਹੀਂ ਖਾ ਰਹੇ? ਹੁਣ ਖਾਣੀ ਸ਼ੁਰੂ ਕੀਤੀ ਹੈ ਜੀ। ਹਾਂ, ਅਤੇ ਉਹ ਵੀ ਨੁਕਸਾਨ, ਅਤੇ ਉਹ ਸਾਰੇ ਨਰਵਸ ਦਾ ਹੀ ਹੈ ਪ੍ਰੋਬਲਮ ਹੁੰਦਾ ਨਾ, ਜ਼ਿਆਦਾ ਕੰਨਾਂ 'ਚ ਪ੍ਰੋਬਲਮ ਨਹੀਂ ਹੁੰਦਾ, ਇਹ ਤੁਹਾਡੇ ਨਰਵਸ ਸਿਸਟਮ ਦਾ ਪ੍ਰੋਬਲਮ ਹੁੰਦਾ ਐਕਚੁਅਲੀ, ਠੀਕ ਹੈ ਨਾ। ਹਾਂ, ਅਤੇ ਉਹਦੇ ਵਾਸਤੇ ਤੁਸੀਂ ਮੈਨੂੰ ਆਫਿਸ ਕਾਲ ਕਰ ਲੈਣਾ, ਨੋ ਪ੍ਰੋਬਲਮ। ਤੁਸੀਂ ਨੰਬਰ ਵੇਖ ਸਕਦੇ ਹੋ ਟੀ ਵੀ ਸਕਰੀਨ ਦੇ ਉੱਤੇ ਚੱਲ ਰਿਹਾ 7183960 ਦੇ ਉੱਤੇ ਕਾਲ ਕਰਕੇ ਤੁਸੀਂ ਡਾਇਰੈਕਟ ਡਾਕਟਰ ਸਾਹਿਬ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਹੋਰ ਵੀ ਸਾਡੇ ਨਾਲ ਕਾਲਰਸ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜਿਹੜੇ ਬੈਠਣੇ ਲੋਕ ਕੰਮ ਕਰਦੇ ਆ ਉਹਨਾਂ ਨੂੰ ਬਵਾਸੀਰ ਵੀ ਬਹੁਤ ਜ਼ਿਆਦਾ ਇੱਕ ਕਾਮਨ ਪ੍ਰੋਬਲਮ ਹੈ, ਤੇ ਹੋਮਿਓਪੈਥਿਕ ਜਿਹਦਾ ਬਹੁਤ ਅੱਛਾ ਇਲਾਜ ਹੈ ਜੀ ਬਵਾਸੀਰ ਦਾ। ਹਾਂਜੀ, ਦੋ ਤਿੰਨ ਮਹੀਨੇ ਖਾਣੀ ਪਵੇ, ਤੇ ਲੇਕਿਨ ਇਹ ਕਿ ਤੁਸੀਂ ਤੁਹਾਨੂੰ ਕਬਜ਼ ਤੇ ਨਹੀਂ ਰਹਿੰਦੀ ਜ਼ਿਆਦਾ? ਨਹੀਂ, ਇੰਨੀ ਕਬਜ਼ ਤਾਂ ਨਹੀਂ ਗੀ, ਤੇ ਪਰ ਕਦੇ ਕਦੇ ਹੋ ਵੀ ਜਾਂਦੀ। ਹਾਂ, ਤੇ ਕਬਜ਼ ਦਾ ਟੇਕ ਕੇਅਰ ਕਰਦੇ ਰਹਿਆ ਕਰੋ, ਫਰੂਟ ਵੈਜੀਟੇਬਲ ਖਾਇਆ ਕਰੋ, ਤੇ ਗਰਮ ਚੀਜ਼ਾਂ ਤੋਂ ਬਚਿਆ ਕਰੋ ਨਾ ਤੁਸੀਂ ਜ਼ਿਆਦਾ। ਅਸੀਂ ਖਾਂਦੇ ਨਹੀਂ ਗਰਮ ਚੀਜ਼, ਕੁਛ ਨਹੀਂ, ਬਸ ਬਸ ਦਾਲ ਰੋਟੀ ਜਾਂ ਫਰੂਟ ਕਦੇ ਮਾੜਾ ਮੋਟਾ ਖਾ ਲਿਆ, ਏਦਾਂ ਦਾ ਕੰਮ ਬਸ ਆਈ ਆ। ਤੇ ਦਾਲ ਜਿਹੜੀ ਹੈ ਨਾ, ਮਸਰਾਂ ਦੀ ਦਾਲ ਤੇ ਮਾਂ ਦੀ ਦਾਲ ਜਿਹੜੀ ਹੈ, ਔਰ ਜਿਹੜਾ ਬੈਂਗਣ ਕੀ ਕਹਿੰਦੇ ਨੇ, ਬਤਾਊ ਕਹਿੰਦੇ ਨੇ ਪੰਜਾਬੀ, ਹਾਂਜੀ ਹਾਂਜੀ, ਇਹ ਨਾ ਖਾਇਆ ਕਰੋ। $50-60 ਦੀ ਹੈ, ਤੁਸੀਂ ਅਗਰ ਉਹ ਵੀ ਨਹੀਂ ਦੇ ਸਕਦੇ ਕਾਲ ਕਰ ਲਿਓ ਉਹਨਾਂ ਦੇ 7183960000 ਉਹਨਾਂ ਦਾ ਨੰਬਰ ਹੈਗਾ, ਉੱਥੇ ਕਾਲ ਕਰਕੇ ਤੁਸੀਂ ਰਾਬਤਾ ਕਾਇਮ ਕਰ ਲਿਓ। ਹੋਰ ਵੀ ਕਾਲਰਸ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਰਾਜਕੁਮਾਰ ਬੋਲ ਰਿਹਾ ਜੀ। ਜੀ ਜੀ, ਰਾਜਕੁਮਾਰ ਜੀ, ਹਾਂਜੀ ਜੀ, ਮੈਂ ਡਾਕਟਰ ਸਾਹਿਬ ਕੋਲੋਂ ਤਾਂ ਅੱਖਾਂ ਮੀਟ ਕੇ ਦਵਾਈ ਨੂੰ ਰੈਫਰ ਕਰਦੇ ਹੋ, ਪੁੱਛ ਲਓ ਇਹਨਾਂ ਨੂੰ ਦਵਾਈ ਇਹਨਾਂ ਦੀ ਇੰਨੀ ਅੱਛੀ ਹੈ ਜੀ, ਤੁਸੀਂ ਟਰਾਈ ਕਰ ਸਕਦੇ ਹੋ, ਤੁਸੀਂ ਆਪਣਾ
ਕਾਲ ਕਰ ਸਕਦੇ ਹੋ, ਡਾਕਟਰ ਸਾਹਿਬ ਨੂੰ ਸਲਾਹ ਲੈ ਸਕਦੇ ਹੋ ਉਹਨਾਂ ਦੀ 7183963600 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜੋ ਤੁਹਾਨੂੰ ਬਿਮਾਰੀ ਹੈਗੀ ਹੈ ਤੁਸੀਂ ਉਹਨੂੰ ਟਰਾਈ ਕਰਕੇ ਦੇਖੋ, ਟਰਾਈ ਕਰਨ 'ਚ ਕੁਛ ਵੀ ਨਹੀਂ ਵਿਗੜਦਾ ਔਰ ਉਹਦੀ ਕੋਈ ਇੰਨੀ ਨੋਰਮਲ ਫੀ ਵੀ ਨਹੀਂ ਹੁੰਦੀ, ਇੰਨੀ ਡਾਲਰਾਂ ਦੀ ਫੀਸ ਵੀ ਨਹੀਂ ਹੁੰਦੀ ਕਿ ਤੁਹਾਨੂੰ ਅਫੋਰਡ ਨਾ ਕਰ ਸਕੇ। ਕੋਈ ਵੀ ਬੰਦਾ ਅਫੋਰਡ ਕਰ ਸਕਦਾ ਈਜ਼ੀਲੀ। ਔਰ ਅਗੇਨ ਅਸੀਂ ਕੋਈ ਵੀ ਮੇਰੇ ਆਫਿਸ 'ਚੋਂ ਬੰਦਾ ਕੋਈ ਪੈਸਿਆਂ ਦੀ ਵਜ੍ਹਾ ਨਾਲ ਵਾਪਸ ਨਹੀਂ ਗਿਆ ਦਵਾਈ ਦਾ, ਅਤੇ ਤੁਸੀਂ ਫੀਲ ਫਰੀ, ਮਤਲਬ ਕੋਈ ਵੀ ਬੰਦਾ ਕਿਤਨਾ ਵੀ ਅਫੋਰਡ ਕਰ ਸਕਦਾ ਉਹ ਉਤਨਾ ਪੇ ਕਰਦੇ, ਮਤਲਬ ਆਈ ਡੂ ਕੇਅਰ ਆਪਣੀ ਕਮਿਊਨਿਟੀ ਦਾ, ਅਤੇ ਤੁਸੀਂ ਪੈਸਿਆਂ ਦੇ ਬਾਰੇ 'ਚ ਨਾ ਸੋਚੋ, ਤੁਸੀਂ ਬਸ ਕਾਲ ਕਰੋ ਔਰ ਜਿੰਨਾ ਵੀ ਅਫੋਰਡ ਕਰ ਸਕਦੇ ਹੋ ਉਨਾ ਪੇ ਕਰ ਦਿਉ, ਮਤਲਬ ਜਿਹੜੇ ਲੋਕ ਅਫੋਰਡ ਨਹੀਂ ਕਰ ਸਕਦੇ। ਬਿਲਕੁਲ, ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ, ਕਈ ਲੰਬੇ ਸਮੇਂ ਤੋਂ ਡਾਕਟਰ ਚੌਧਰੀ ਸਾਡੇ ਨਾਲ ਰਾਬਤਾ ਕਾਇਮ ਕਰਦੇ ਹਨ ਔਰ ਜਸ ਬ੍ਰੌਡਕਾਸਟਿੰਗ ਹਮੇਸ਼ਾ ਉਹਨਾਂ ਬੁੱਧੀਜੀਵੀਆਂ ਨੂੰ, ਉਹਨਾਂ ਡਾਕਟਰਾਂ ਨੂੰ, ਉਹਨਾਂ ਸਕਾਲਰਸ ਨੂੰ ਅੱਗੇ ਲੈ ਕੇ ਆਉਂਦਾ ਜੋ ਵਾਕਈ ਜ਼ਮੀਨੀ ਪੱਧਰ 'ਤੇ ਕਮਿਊਨਿਟੀ ਲਈ ਕੰਮ ਕਰ ਰਹੇ ਹਨ। ਅਤੇ ਸਾਡੇ ਅੱਜ ਇਹੀ ਤੁਹਾਨੂੰ ਅਪੀਲ ਰਹੇਗੀ ਕਿ ਤੁਸੀਂ ਡਾਕਟਰ ਚੌਧਰੀ ਦੇ ਨੰਬਰ ਦੇ ਉੱਤੇ ਕਾਲ ਕਰਕੇ ਉਹਨਾਂ ਨੂੰ ਤੁਸੀਂ ਫੋਨ ਕਰੋ ਡਾਇਰੈਕਟ ਔਰ ਆਪਣੀ ਬਿਮਾਰੀ ਤੋਂ ਨਜਿੱਠੋ ਤਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਿਹਤਮੰਦ ਹੋਵੋ। ਅਤੇ ਡਾਕਟਰ ਚੌਧਰੀ ਦਾ ਨੰਬਰ ਹੈਗਾ ਜੀ 7183963600। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਰਾਬਤਾ ਡਾਇਰੈਕਟ ਜਿਹੜਾ ਹੈਗਾ ਸਿੱਧਾ ਕਾਇਮ ਕਰ ਸਕਦੇ ਹੋ। ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਹੋਰ ਸਵਾਲ ਹੈਗੇ ਨੇ ਤੁਹਾਡੀ ਬਿਮਾਰੀ ਨੂੰ ਲੈ ਕੇ, ਤਾਂ ਤੁਸੀਂ ਹੋਮਿਓਪੈਥੀ ਸਿਧਾਂਤ ਤੋਂ ਕਿਵੇਂ ਨਜਿੱਠ ਸਕਦੇ ਹੋ, ਕਿਵੇਂ ਉਸ ਬਿਮਾਰੀ ਨੂੰ ਦੂਰ ਕਰ ਸਕਦੇ ਹੋ, ਉਹਦਾ ਨਿਪਟਾਰਾ ਕਿਵੇਂ ਕਰ ਸਕਦੇ ਹੋ, ਡਾਕਟਰ ਚੌਧਰੀ ਉਸ ਬਾਰੇ ਤੁਹਾਨੂੰ ਵਧੇਰੀ ਜਾਣਕਾਰੀ ਦੇ ਸਕਦੇ ਹਨ। ਅਤੇ ਫਿਲਹਾਲ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਨੂੰ ਅਤੇ ਡਾਕਟਰ ਚੌਧਰੀ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ। ਥੈਂਕ ਯੂ।